ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੁਣਵੀਆਂ ਖਬਰਾਂ ਦਾ ਪ੍ਰਾਈਮ ਟਾਈਮ ਸਪੈਸ਼ਲ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਕਬੱਡੀ ਕੋਚ ਕਤਲ ਮਾਮਲੇ 'ਚ ਹੋਇਆ ਵੱਡਾ ਖੁਲਾਸਾ ਦੋਚੀਆਂ ਨੇ ਲਾਈਵ ਹੋ ਕੇ ਦੱਸੀ ਸਾਰੀ ਕਹਾਣੀ ਚੌਕੇ ਪਿੰਡ ਦੇ ਨੌਜਵਾਨ ਕਬੱਡੀ ਕੋਚ ਹਰਵਿੰਦਰ ਸਿੰਘ ਦੇ ਮਾਮਲੇ ਵਿੱਚ ਨਾਮਜ਼ਦ ਦੋਸ਼ੀਆਂ ਵੱਲੋਂ ਲਾਈਵ ਹੋ ਕੇ ਕਤਲ ਦੇ ਅਸਲ ਕਾਰਨਾਂ ਦੇ ਬਾਰੇ ਪਲਾਸੀ ਕੀਤੇ ਗਏ ਦੋਸ਼ੀਆਂ ਨੇ ਦੱਸਿਆ ਹੈ ਕਿ ਉਹਨਾਂ ਦੀ ਕੋਚ ਨਾਲ ਕਿਸੇ ਤਰ੍ਹਾਂ ਦਾ ਕੋਈ ਝਗੜਾ ਨਹੀਂ ਸੀ ਮੁਰਗੀਆਂ ਦੇ ਲੈਣ ਦੇਣ ਦਾ ਚੱਕਰ ਕੋਚ ਦੁਆਰਾ ਉਹਨਾਂ ਨੂੰ ਮੰਦੇ ਸ਼ਬਦ ਬੋਲੇ ਗਏ ਪੁਲਿਸ ਚੌਂਕੀ ਵਿੱਚ ਵੀ ਸ਼ਰੇਆਮ ਕੋਚ ਵੱਲੋਂ ਉਹਨਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਤੇ ਟਾਈਮ ਬੰਨਣ ਦੀ ਗੱਲ ਕਹੀ ਗਈ ਉਪਰੰਤ ਉਹਨਾਂ ਦੇ ਘਰ ਆ ਕੇ ਵੀ ਉਹਨਾਂ ਨੂੰ ਧਮਕਾਇਆ ਗਿਆ ਜਿਸ ਦੇ ਚਲਦਿਆਂ ਇਹ ਸਾਰਾ ਘਟਨਾਕਰਮ ਆਪਰੇ ਦੋਸ਼ੀਆਂ ਨੇ ਕਿਹਾ ਹੈ ਕਿ ਕੋਈ ਚਿੱਟੇ ਦਾ ਕਾਰੋਬਾਰ ਨਹੀਂ ਕਰਦਾ ਬਲਕਿ ਮੁਰਗਿਆਂ ਦੀ ਲੜਾਈ ਸੀ ਜਿਸ ਵਿੱਚ ਧੱਕੇ ਨਾਲ ਕੋਚ ਵੱਲੋਂ ਉਹਨਾਂ ਨੂੰ ਧਮਕਾਇਆ ਜਾ ਰਿਹਾ ਸੀ 2 ਸਾਲ ਬਾਅਦ ਆਪਣੀ ਸਰਕਾਰੀ ਰਹਿائش ਤੇ ਪਹੁੰਚੇ ਕੈਪਟਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 2 ਸਾਲ ਦੇ ਬਾਅਦ ਆਪਣੇ ਸਰਕਾਰੀ ਨਿਵਾਸ ਤੇ ਪਹੁੰਚੇ ਹਨ ਵਿਧਾਇਕਾਂ ਨੂੰ ਮਿਲੇ ਹਨ ਇਸ ਲਈ ਅਹਿਮ ਹੈ ਕਿਉਂਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਨੇ ਜਦੋਂ ਵਿਧਾਇਕਾਂ ਸੰਸਦ ਮੈਂਬਰਾਂ ਪਾਰਟੀ ਦੇ ਸੀਨੀਅਰ ਆਗੂਆਂ ਰਾਜ ਸਭਾ ਮੈਂਬਰਾਂਤ ਦੇ ਨਾਲ ਵਕ ਵਕ ਗੱਲਬਾਤ ਕੀਤੀ ਤਾਂ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਲੋਕਾਂ ਦਾ ਕਹਿਣਾ ਸੀ ਕਿ ਅਮਰਿੰਦਰ ਆਮ ਲੋਕਾਂ ਨੂੰ ਤਾਂ ਮਿਲਣਾ ਦੂਰ ਦੀ ਗੱਲ ਉਹ ਆਪਣੇ ਮੰਤਰੀਆਂ ਅਤੇ ਪਾਰਟੀ ਵਿਧਾਇਕਾਂ ਨੂੰ ਨਹੀਂ ਮਿਲਦੇ ਉਹਨਾਂ ਨੇ ਕਿਹਾ ਕਿ ਸ਼ਿਕਾਇਤ ਸੀ ਕਿ ਉਹ ਸਰਕਾਰੀ ਨਿਵਾਸ ਛੱਡ ਕੇ ਆਪਣੇ ਫਾਰਮ ਹਾਊਸ ਤੇ ਚਲੇ ਗਏ ਹਨ ਉਦੋਂ ਤੋਂ ਉਹਨਾਂ ਨੂੰ ਮਿਲਣਾ ਲਗਭਗ ਮੁਸ਼ਕਲ ਹੈ ਜੁਆਇਨਿੰਗ ਲਈ ਜਾ ਰਹੇ ਆਰਮੀ ਜਵਾਨ ਦੀ ਸਾਥੀ ਸਨੇ ਸੜਕ ਹਾਦਸੇ ਵਿੱਚ ਮੌਤ ਸਨੈਟਾ ਪੁਲਿਸ ਚੌਂਕੀ ਦੇ ਅਧੀਨ ਪੈਂਦੇ ਬਨੂੜ ਲਾਂਡਰਾ ਸਟੇਟ ਹਾਈਵੇ ਏਰੀਆ ਦੇ ਵਿੱਚ ਬੀਤੇ ਦਿਨ ਇੱਕ ਟਰੱਕ ਨੂੰ ਓਵਰਟੇਕ ਕਰਦਿਆਂ ਸਾਹਮਣੇ ਤੁਰ ਰਹੇ ਟੈਂਪੂ ਚਾਲਕ ਦੀ ਟੱਕਰ ਨਾਲ ਆਰਮੀ ਜਵਾਨ ਤੇ ਉਸ ਦੀ ਸਾਲੀ ਦੇ ਪੁੱਤ ਦੀ ਮੌਤ ਹੋ ਗਈ ਆਰਮੀ ਜਵਾਨ ਦੀ ਪਛਾਣ ਬਿਹਾਰ ਦੇ ਜ਼ਿਲ੍ਹਾ ਸੰਸਾਰਪੁਰ ਦੇ ਪਿੰਡ ਖੜਗੀਆਂ ਦੇ ਰਹਿਣ ਵਾਲੇ ਸੁਨੀਲ ਕੁਮਾਰ ਦੇ ਸਾਲੀ ਦੇ ਬੇਟੇ ਗੋਲੂ ਦੇ ਰੂਪ ਵਿੱਚ ਹੋਈ ਹੈ ਦੋਵੇਂ ਬਾਈਕ ਤੋਂ ਪਠਾਨਕੋਟ ਦੇ ਨਗਰੋਟਾ ਤੋਂ ਟ੍ਰਾਂਸਫਰ ਹੋਣ ਦੇ ਮਗਰੋਂ ਮੈਰਠ ਜੁਆਇਨਿੰਗ ਲਈ ਜਾ ਰਹੇ ਸਨ ਪਰ ਮੋਹਾਲੀ ਸਟੇਟ ਹਾਈਵੇ ਤੇ ਇਹ ਹਾਦਸਾ ਹੋ ਗਿਆ। ਭਗਵੰਤ ਮਾਨ ਨੇ ਕਿਹਾ ਬਿਨਾ ਮਲਾ ਦੀ ਕਿਸ਼ਤੀ ਵਾਂਗ ਲਾवारिस ਹੋਇਆ ਪੰਜਾਬ। ਪੰਜਾਬ ਦੀ ਹਾਲਤ ਉਸ ਕਿਸ਼ਤੀ ਵਰਗੀ ਆ ਜੋ ਸਮੁੰਦਰ ਦੇ ਕਿਨਾਰੇ ਵੱਲ ਵਧ ਰਹੀ ਹੁੰਦੀ ਪਰ ਮਲਾ ਕੋਈ ਨਹੀਂ ਦਿਸਦਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਪੰਜਾਬ ਨੂੰ ਲਾवारिस ਕਰ ਦਿੱਤਾ। ਉਹ ਖੁਦ ਪੰਜਾਬ ਤੋਂ ਦੂਰ ਬੈਠੇ ਹਨ ਤੇ ਸੂਬੇ ਵਿੱਚ ਦਨ ਦਿਹਾੜੇ ਕਤਲ ਅਤੇ ਲੁੱਟਾਂ ਖੋਹਾਂ ਹੋ ਰਹੀਆਂ ਨੇ ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਮਾਨ ਨੇ ਕਿਹਾ ਸੂਬੇ ਦੀ ਅਫਸਰशाही ਬੇਲਗਾਮ ਹੋਈ ਪਈ ਆ ਲੋਕਾਂ ਦੀ ਲੁੱਟ ਹੋ ਰਹੀਆਂ ਕਾਂਗਰਸੀਆਂ ਦਾ ਆਪਸ ਵਿੱਚ ਕਾਟੂਕਲੇਸ਼ ਨਹੀਂ ਮੁਕਰਿਆ ਕੇਂਦਰੀ ਕਰਮਚਾਰੀਆਂ ਨੂੰ ਖਰਚ ਘਟਾਉਣ ਦੇ ਹੁਕਮ ਓਵਰਟਾਈਮ ਪੱਤਾ ਸਮੇਤ ਇਹਨਾਂ ਚੀਜ਼ਾਂ ਦੇ ਵਿੱਚ ਹੋਵੇਗੀ ਕਟੌਤੀ ਵੱਡੀ ਖਬਰਾਂ ਖਬਰ ਦੇ ਵੱਲ ਦੋਸਤੋ ਰੁਕ ਕਰਨ ਤੋਂ ਪਹਿਲਾਂ ਨਿੱਕੀ ਜੀ ਬੇਨਤੀ ਆ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਏ ਲਾਗਤ ਦੇ ਵਿੱਚ ਕਟੌਤੀ ਕੇਂਦਰ ਸਰਕਾਰ ਦੇ ਦਫ਼ਤਰਾਂ ਤੇ ਕਰਮਚਾਰੀਆਂ ਤੱਕ ਪਹੁੰਚ ਗਈ ਆ ਭਾਰਤ ਵਿੱਚ ਮਹਾਮਾਰੀ ਤੋਂ ਬਾਅਦ ਪਹਿਲੀ ਵਾਰ ਕੇਂਦਰ ਸਰਕਾਰ ਨੇ ਵਿਭਾਗਾਂ ਤੇ ਮੰਤਰਾਲਾ ਓਵਰਟਾਈਮ ਪੱਤਾ ਤੇ ਰਿਵਾਰਡ ਵਰਗੇ ਖਰਚਿਆਂ ਦੇ ਵਿੱਚ 20% ਦੀ ਕਟੌਤੀ ਕਰਨਗੇ ਕਰੋਨਾ ਸੰਕਟ ਵਿਚਾਲੇ ਕੇਂਦਰ ਸਰਕਾਰ ਨੇ ਖਰਚ ਤੇ ਰੋਕ ਲਾਉਣ ਦਾ ਹੁਕਮ ਦਿੱਤਾ ਇਹ ਹੁਕਮ ਕੇਂਦਰ ਸਰਕਾਰ ਦੇ ਕਰਮਚਾਰੀਆਂ ਦੇ ਓਵਰਟਾਈਮ ਪੱਤੇ ਵਰਗੀਆਂ ਚੀਜ਼ਾਂ ਨੂੰ ਪ੍ਰਭਾਵਿਤ ਕਰੇਗਾ ਸਪਸ਼ਟ ਤੌਰ ਤੇ ਇਹ ਹੁਕਮ ਕਰੋਨਾ ਮਹਾਮਾਰੀ ਖਿਲਾਫ ਲੜਾਈ ਦੇ ਵਿੱਚ ਵੱਧਦੇ ਖਰਚਿਆਂ ਨੂੰ ਪੂਰਾ ਕਰਨ ਦੇ ਲਈ ਹੈ ਕਿਸਾਨਾਂ ਵੱਲੋਂ ਰਾਜਾ ਵੜਿੰਗ ਦਾ ਕਾਲੀਆਂ ਛੰਡੀਆਂ ਨਾਲ ਜ਼ਬਰਦਸਤ ਵਿਰੋਧ ਕਿਸਾਨਾਂ ਦੇ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ ਇਸ ਦੌਰਾਨ ਵੱਖ-ਵੱਖ ਪਿੰਡਾਂ ਵਿੱਚ ਕਿਸਾਨ ਜਥੇਬੰਦੀਆਂ ਦੇ ਵੱਲੋਂ ਪੋਸਟਰ ਲਾਏ ਗਏ ਹਨ ਕਿਸਾਨਾਂ ਨਾਲ ਖੜੇਗਾ ਉਹੀ ਪਿੰਡ ਵੜੇਗਾ ਪਿੰਡ ਦੇ ਵਿੱਚ ਸਿਆਸੀ ਅਤੇ ਰਾਜਸੀ ਲੀਡਰਾਂ ਦਾ ਆਉਣ ਤੇ ਪੂਰਨ ਪਾਬੰਦੀ ਆ ਗੱਦੜਵਾਹਾ ਦੇ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਪਿੰਡ ਹਰੀਕੇ ਕਲਾ ਪਾਰਕ ਦਾ ਨੀਂਹ ਪੱਥਰ ਰੱਖਣ ਲਈ ਪਹੁੰਚੇ ਜਿੱਥੇ ਉਨ੍ਹਾਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਇਸ ਸਮੇਂ ਕਿਸਾਨ ਆਗੂਆਂ ਨੇ ਕਾਲੀਆਂ ਛੰਡੀਆਂ ਦਿਖਾ ਕੇ ਰਾਜਾ ਵੜਿੰਗ ਦਾ ਵਿਰੋਧ ਕੀਤਾ ਇਸ ਸਮੇਂ ਵੱਡੀ ਗਿਣਤੀ ਵਿੱਚ ਪੰਜਾਬ ਪੁਲਿਸ ਵੀ ਤਣਾਇਤ ਸੀ ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਵਾਅਦੇ ਕੀਤੇ ਸੀ ਇੱਕ ਵੀ ਪੂਰਾ ਨਹੀਂ ਹੋਇਆ ਸੀ ਪਵਿੱਖ ਵਿੱਚ ਵੀ ਪਿੰਡ ਚੋਂ ਨਹੀਂ ਆਉਣ ਦੇਵਾਂਗੇ ਜੇ ਕੋਈ ਵੀ ਲੀਡਰ ਆਏਗਾ ਸੀ ਉਸ ਦਾ ਘਰਾਓ ਕਰਾਂਗੇ ਜੀਐਸਟੀ ਕੌਂਸਲ ਦੀ ਮੀਟਿੰਗ ਚੋਂ ਲਿਆ ਗਿਆ ਵੱਡਾ ਫੈਸਲਾ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀ타ਰਾਮਨ ਦੀ ਪ੍ਰਧਾਨਗੀ ਵਿੱਚ ਅੱਜ ਜੀਐਸਟੀ ਪਰਿਸ਼ਦ ਦੀ ਇੱਕ ਮਹੱਤਵਪੂਰਨ ਬੈਠਕ ਹੋਈ ਜੀਐਸਟੀ ਕੌਂਸਲ ਦੀ ਅੱਜ ਹੋਈ ਬੈਠਕ ਦੇ ਵਿੱਚ ਕਈ ਅਹਿਮ ਫੈਸਲੇ ਲਏ ਗਏ ਹਨ ਇੱਕ ਪ੍ਰੈਸ ਕਾਨਫਰੰਸ ਨੂੰ ਸਬੋਧਨ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਮੀਟਿੰਗ ਦੇ ਵਿੱਚ ਬਲੈਕ ਫੰਗਸ ਦੀਆਂ ਦਵਾਈਆਂ ਤੇ ਕੋਈ ਟੈਕਸ ਨਾ ਲਾਉਣ ਦਾ ਫੈਸਲਾ ਕੀਤਾ ਗਿਆ ਹੈ ਬੈਠਕ ਦੇ ਵਿੱਚ ਕੋਵਿਡ ਟੀਕੇ ਤੇ 5% ਜੀਐਸਟੀ ਰੱਖਣ ਦਾ ਫੈਸਲਾ ਲਿਆ ਗਿਆ ਇਸ ਤੋਂ ਇਲਾਵਾ ਹੋਰ ਉਪਕਰਨਾ ਤੇ ਟੈਕਸ ਦੀ ਦਰ ਸਮੇਤ ਕੋਰੋਨਾ ਨਾਲ ਸੰਬੰਧਿਤ ਦਵਾਈਆਂ ਮੈਡੀਕਲ ਗ੍ਰੇਡ ਆਕਸੀਜਨ बीआईपी बीआईपी एपी मशीन ऑक्सीजन संकेतक वेंटिलेटर नबज ऑक्सीमीटर ਨੂੰ 12 ਤੋਂ ਘਟਾ ਕੇ 5% ਕਰ ਦਿੱਤਾ ਗਿਆ ਹੈ ਵਿੱਤ ਮੰਤਰੀ ਨੇ ਕਿਹਾ ਹੈ ਕਿ ਐਂਬੂਲੈਂਸਾਂ ਤੇ ਜੀਐਸਟੀ ਦਰ ਨੂੰ 28 ਤੋਂ ਘਟਾ ਕੇ 12% ਕਰਨ ਦਾ ਫੈਸਲਾ ਕੀਤਾ ਗਿਆ ਹੈ ਫੇਸਬੁੱਕ ਤੇ ਟਿੱਪਣੀ ਕਰ ਕਸੂਤਾ ਫਸਿਆ ਸਾਬਕਾ ਫੌਜੀ ਕਾਰਵਾਈ ਲਈ ਕਿਸਾਨਾਂ ਨੇ ਕੀਤਾ ਪੁਲਿਸ ਚਮਕੀ ਦਾ ਘਰਾਓ ਸੋਸ਼ਲ ਮੀਡੀਆ ਤੇ ਇੱਕ ਸਾਬਕਾ ਫੌਜੀ ਵੱਲੋਂ ਕਿਸਾਨਾਂ ਦੇ ਖਿਲਾਫ ਟਿੱਪਣੀ ਕਰਨ ਦੇ ਮਾਮਲੇ ਨੇ ਤੂਲ ਫੜ ਲੈ ਸਬੰਧੀ ਸ਼ਨੀਵਾਰ ਨੂੰ ਤਿੰਨ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਭਵਾਨੀਗੜ੍ਹ ਥਾਣੇ ਕਰਾਚੋ ਪੁਲਿਸ ਚੌਂਕੀ ਦਾ ਘਰਾਵ ਕਰਦਾ ਤਰਨਾ ਦਿੰਦਿਆ ਪੁਲਿਸ ਪ੍ਰਸ਼ਾਸਨ ਤੋਂ ਸਾਬਕਾ ਫੌਜੀ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਆ ਭਾਰਤੀ ਕਿਸਾਨ ਯੂਨੀਅਨ ਨਰਾਜੇਵਾਲੂ ਗ੍ਰਾਹਾਂ ਤੇ ਇਕਤੜਕੌਂਡਾ ਦੇ ਆਗੂਆਂ ਦੇ ਵੱਲੋਂ ਦੱਸਿਆ ਗਿਆ ਕਿ ਪਿੰਡ ਕਪਿਆਲ ਦਾ ਇੱਕ ਸਾਬਕਾ ਫੌਜੀ ਪਿੰਡ ਵਿੱਚ ਸਰਕਾਰੀ ਸਕੀਮਾਂ ਦੀਨ ਚੱਲਦੇ ਕੰਮਾਂ ਦੀ ਦੇਖਰੇਖ ਦੇ ਲਈ ਜੀਓਜੀ ਖੁਸ਼ਹਾਲੀ ਦੇ ਰਾਕੇ ਵੱਦੂ ਸੇਵਾ ਨਿਭਾਰਿਆ ਪਿਛਲੇ ਦਿਨੀ ਸੋਸ਼ਲ ਮੀਡੀਆ ਫੇਸਬੁਕ ਤੇ ਵਾਇਰਲ ਹੋ ਰਹੀ ਵੀਡੀਓ 'ਚ ਆਪਣੇ ਕਮੈਂਟ ਬਾਕਸ ਦੇ ਵਿੱਚ ਕਿਸਾਨ ਪ੍ਰਤੀ ਮੰਦੀ ਸ਼ਬਦਾਵਲੀ ਵਰਤਦਿਆਂ ਕਿਸਾਨਾਂ ਦੇ ਖਿਲਾਫ ਟਿੱਪਣੀ ਕਰ ਦਿੱਤੀ ਟਿੱਪਣੀ ਕਰਨ ਤੋਂ ਕਿਸਾਨਾਂ ਟਿੱਪਣੀ ਕਰਨ ਲਈ ਕਿਸਾਨਾਂ ਤੋਂ ਲਿਖਤੀ ਮਾਫੀ ਮੰਗ ਚੁੱਕਾ ਹਾਂ ਉਧਰ ਹਰਪਾਲ ਸਿੰਘ ਦਾ ਕਹਿਣਾ ਹੈ ਕਿ ਉਹ ਫੇਸਬੁਕ ਵੀਡੀਓ 'ਤੇ ਕਮੈਂਟ ਹੋ ਰਹੇ ਸਨ ਤਾਂ ਗਲਤੀ ਨਾਲ ਉਸ ਕੋਲੋਂ ਵੀ ਹੋ ਗਿਆ ਪਰ ਜਦੋਂ ਕਿਸਾਨਾਂ ਦੇ ਵਿਰੋਧ ਦਾ ਪਤਾ ਲੱਗਾ ਤਾਂ ਉਸ ਨੇ ਵੀਡੀਓ ਬਣਾ ਕੇ ਆਪਣੀ ਮਾਫੀ ਮੰਗੀ ਗੈਂਗਸਟਰ ਜੈਪਾਲ ਭੁੱਲਰ ਤੇ ਜੱਸੀ ਨੂੰ ਕਿਰਾਏ ਤੇ ਫਲੈਟ ਦੇਣ ਵਾਲਾ ਪੰਜਾਬ ਚੋਂ ਗ੍ਰਿਫਤਾਰ ਪੰਜਾਬ ਪੁਲਿਸ ਨੇ ਹਰਿਆਣਾ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਜਿਸ ਦਾ ਪ੍ਰਮਾਣ ਪੱਤਰ ਅਤੇ ਦਸਤਾਵੇਜ਼ਾਂ ਨੂੰ ਕਲਕੱਤਾ ਵਿੱਚ ਮਾਰੇ ਗਏ ਗੈਂਗਸਟਰਾਂ ਨਸ਼ਾ ਤਸਕਰਾ ਜੈਪਾਲ ਭੁੱਲਰ ਅਤੇ ਜਸਪ੍ਰੀਤ ਸਿੰਘ ਉਰਫ ਜੱਸੀ ਨੇ ਲੋਕਾਂ ਦੇ ਲਈ ਫਲੈਟ ਕਿਰਾਏ ਤੇ ਲੈਣ ਲਈ ਵਰਤਿਆ ਸੀ ਫੜੇ ਗਏ ਵਿਅਕਤੀ ਦੀ ਪਛਾਣ ਸੁਮੇਤ ਕੁਮਾਰ ਵਜੋਂ ਹੋਈ ਹੈ ਤੇ ਹਰਿਆਣਾ ਦੇ ਮਹਿਮ ਦਾ ਰਹਿਣ ਵਾਲਾ ਹੈ ਏ ਡੀਜੀਪੀ ਕਾਉਂਟਰ ਇੰਟੈਲੀਜੈਂਸ ਨੇ ਸੰਗਠਿਤ ਕ੍ਰਾਈਮ ਕੰਟਰੋਲ ਜੂਨਟ ਨੇ ਦੱਸਿਆ ਕਿ ਉਹ ਸੋਮੇਤ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬ ਹੋਏ ਨੇ ਤੇ ਪਰਤ ਕੁਮਾਰ ਦੇ ਕਰੀਬੀ ਅਤੇ ਸੰਜੋਗੀ ਸਾਥੀ ਨੂੰ ਮੈਰੋਨਾ ਤੋਂ ਫਰਾਰ ਹੋਣ ਵਿੱਚ ਸਹਾਇਤਾ ਕਰਦੇ ਸਨ 15 ਮਈ 2021 ਦੀ ਸ਼ਾਮ ਨੂੰ ਅਨਾਜ ਮੰਡੀ ਵਿੱਚ ਦੋ ਐਸਆਈਆਂ ਨੂੰ ਮਾਰੇ ਜਾਣ ਤੋਂ ਬਾਅਦ ਕੁਵਾਲੀਆ ਅਤੇ ਕੋਲਕਾਤਾ ਵਿੱਚ ਉਹਨਾਂ ਨੂੰ ਛੁਪਨ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਸੀ 9 ਚੋਂ ਨੂੰ ਰਾਜਪੁਰਾ ਖੇਤਰ ਦੇ ਸ਼ੰਭੂ ਬਾਟਰ ਨੇੜੇ 30 ਬੋਰ ਦੀ ਪਿਸਤੌਲ ਅਤੇ ਹੁੰਡਾ ਐਕਸਪੋਰਟ ਕਾਰ ਦੇ ਸਮੇਤ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਸ ਦੇ ਖੁਲਾਸੇ ਹੋਣ ਤੇ ਪੰਜਾਬ ਪੁਲਿਸ ਨੇ ਪੱਛਮੀ ਬੰਗਾਲ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਕੋਲਕਾਤਾ ਦੇ ਕਿਰਾਏ ਦੇ ਅਪਾਰਟਮੈਂਟ ਵਿੱਚ ਗੈਂਗਸਟਰ ਜਿਹੜਾ ਫੜਿਆ ਗਿਆ ਸੀ ਕੋਸ਼ਕਭਰੀ ਹੁਣ ਪੈਟਰੋਲ ਸਕੂਟਰਾਂ ਤੇ ਵੀ ਸਸਤੇ ਹੋਣਗੇ ਇਲੈਕਟ੍ਰੀਕਲ ਟੂ-ਵੀਲਰ ਸਰਕਾਰ ਨੇ ਟੂ-ਵੀਲਰ ਵਾਹਨਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਫੇਮ ਇੰਡੀਆ ਯੋਜਨਾ ਦੇ ਵਿੱਚ ਸੂਚਿਤ ਕੀਤੀ ਜਿਸ ਦੇ ਤਹਿਤ ਇਲੈਕਟ੍ਰੀਕਲ ਦੋ ਪਹੀਆ ਵਾਹਨਾਂ ਤੇ ਸਬਸਿਡੀ ਵਧਾ ਕੇ 15000 ਰੁਪਏ ਕਰ ਦਿੰਦੀ ਹੈ ਪਹਿਲਾਂ ਇਹ 1 ਬਰਾਬਰ 10000 ਸੀ ਪ੍ਰਤੀ ਕਿਲੋਵਾਟ ਘੰਟਾ ਸੀ ਇਲੈਕਟ੍ਰੀਕਲ ਦੋ ਪਹੀਆ ਵਾਹਨਾਂ ਤੇ ਸ਼ਾਨਦਾਰ ਕਦਮ ਕਰਾਰ ਦਿੱਤਾ ਕੰਪਨੀਆਂ ਦਾ ਕਹਿਣਾ ਹੈ ਕਿ ਵਾਤਾਵਰਨ ਪੱਖੀ ਵਾਹਨਾਂ ਦੀ ਮੰਗ ਵਧਾਉਣ ਦੇ ਦਿਸ਼ਾ ਦੇ ਵਿੱਚ ਪਾਸਾ ਪਲਟਣ ਵਾਲਾ ਕਦਮ ਹੋਵੇਗਾ ਸਰਕਾਰ ਨੇ ਇਲੈਕਟ੍ਰੀਕਲ ਦੋ ਪਹੀਆ ਵਾਹਨਾਂ ਦੀ ਸਬਸਿਡੀ ਦੀ ਵਾਹਨ ਸੀਮਾ ਲਾਗਤ 40% ਦੀ ਤੱਕ ਕਰ ਦਿੰਦੀ ਹੈ ਜੋ ਪਹਿਲਾਂ 20% ਦੀ ਸੀ ਅਕਾਲੀ ਦਲ ਬਸਪਾ ਨਾਲ 222 ਚੋਣਾ ਸੋ ਖਬੀਰ ਬਾਦਲ ਦੀ ਗਵਾਈ ਹੇਠ ਲੜਨ ਦਾ ਗੱਠਜੋੜ ਬਸਪਾ 20 ਸੀਟਾਂ ਤੇ ਅਕਾਲੀ ਦਲ 97 ਸੀਟਾਂ ਤੇ ਚੋਣ ਲੜੇਗੀ ਸ਼੍ਰੋਮਣੀ ਅਕਾਲੀ ਦਲ ਅਤੇ ਬੌਧਨ ਸਮਾਜ ਪਾਰਟੀ ਨੇ ਅੱਜ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਗੱਠਜੋੜ ਬਣਾ ਕੇ ਲੜਨ ਦਾ ਐਲਾਨ ਕੀਤਾ ਤਾਂ ਜੋ ਪੰਜਾਬ ਦੇ ਵਿੱਚੋਂ ਹੰਕਾਰੀ ਰਾਜ ਅਤੇ ਭ੍ਰਸ਼ਟ ਤੇ ਕਟਾਲਿਆਂ ਨਾਲ ਭਰੀ ਕਾਂਗਰਸ ਸਰਕਾਰ ਨੂੰ ਚੱਲਦਾ ਕੀਤਾ ਜਾ ਸਕੇ ਇਸ ਬਾਬਤ ਐਲਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਸਪਾ ਦੇ ਕੌਮੀ ਜਨਰਲ ਸਕੱਤਰ ਸਤੀਸ਼ ਚੰਦਰ ਮਿਸ਼ਰਾ ਨੇ ਸਾਂਝੇ ਤੌਰ ਤੇ ਕੀਤਾ बसपा ਦੇ ਆਗੂ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਮਾਇਆਵਤੀ ਨੇ ਗੱਠ ਜੋੜ ਲਈ ਪ੍ਰਵਾਨਗੀ ਦਿੱਤੀ ਉਹਨਾਂ ਨੇ ਐਲਾਨ ਕੀਤਾ ਦੋਵੇਂ ਪਾਰਟੀਆਂ ਬਾਦਲ ਦੀ ਅਗਵਾਈ ਦੇ ਹੇਠ ਦੋਵੇਂ ਪਾਰਟੀਆਂ ਬਾਦਲ ਦੀ ਅਗਵਾਈ ਦੇ ਹੇਠ ਇਹ ਜਿਹੜੀ ਕੋਆਰਡੀਨੇਟਰ बसपा ਪੰਜਾਬ ਦੇ ਰਣਜੀਤ ਸਿੰਘ ਬੈਣੀਵਾਲ ਅਤੇ ਪ੍ਰਧਾਨ ਜਸਵੀਰ ਸਿੰਘ ਗੜੀ ਦੇ ਨਾਲ ਮਿਲ ਕੇ ਪੰਜ ਵਾਰ ਮੁੱਖ ਮੰਤਰੀ ਰਿਹਾ ਅਕਾਲੀ ਦਲ ਦੇ ਸਰਪ੍ਰਸਤ ਬਾਦਲ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਮੁਲਾਕਾਤ ਕੀਤੀ ਉਹਨਾਂ ਦਾ ਆਸ਼ੀਰਵਾਦ ਲਿਆ ਸੋ ਉਹਨਾਂ ਨੇ ਕਿਹਾ ਜੀ ਬਸਪਾ ਕਾਲੀ ਦਲ ਨਾਲ ਗੱਠ ਜੋੜ 20 ਸੀਟਾਂ ਤੇ ਚੋਣ ਲੜੇਗੀ ਜਿਸ ਦੇ ਵਿੱਚ ਉਹ ਦਵਾਬਾ ਵਿੱਚ 8 ਮਾਲਵਾ ਵਿੱਚ 7 ਅਤੇ ਮੱਝ ਦੀਆਂ 5 ਸੀਟਾਂ ਸ਼ਾਮਲ ਹਨ ਆਕਾਲੀ ਦਲ ਅਤੇ ਬਸਪਾ ਦਾ ਗੱਠ ਜੋੜ ਇੱਕ ਨਵੀਂ ਰਾਜਨੀਤਿਕ ਅਤੇ ਸਮਾਜਿਕ ਪਹਿਲ ਮਾਇਆਵਤੀ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਬਸਪਾ ਦੀ ਕੌਮੀ ਪ੍ਰਧਾਨ ਮਾਇਆਵਤੀ ਨੇ ਸ਼ਨੀਵਾਰ ਨੂੰ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬੋਧਨ ਸਮਾਜ ਪਾਰਟੀ ਦਾ ਗੱਠ ਜੋੜ ਇੱਕ ਨਵੀਂ ਰਾਜਨੀਤਿਕ ਅਤੇ ਸਮਾਜਿਕ ਪੱਧਰ 'ਤੇ ਇਹ ਨਿਸ਼ਚਿਤ ਰੂਪ ਨਾਲ ਰਾਜ ਤੇ ਲੋਕਾਂ ਦੇ ਵਿਕਾਸ, ਤਰੱਕੀ ਅਤੇ ਖੁਸ਼ਹਾਲੀ ਦੇ ਲਈ ਨਵੇਂ ਯੁੱਗ ਦੀ ਸ਼ੁਰੂਆਤ ਕਰੇਗਾ ਮਾਇਆਵਤੀ ਨੇ ਕਿਹਾ ਕਿ ਲੋਕਾਂ ਨੂੰ ਇਸ ਇਤਿਹਾਸਿਕ ਕਦਮ ਲਈ ਤਹਿ ਦਿਲੋਂ ਵਧਾਈਆਂ ਸ਼ੁਭ ਕਾਮਨਾਵਾਂ ਨੇ ਹਾਲਾਂਕਿ ਪੰਜਾਬ ਚੂ ਸਮਾਜ ਹਰ ਵਰਗ ਇੱਥੇ ਕਾਂਗਰਸ ਪਾਰਟੀ ਦੇ ਸ਼ਾਸਨ ਅਧੀਨ ਚੱਲ ਰਹੀ ਗਰੀਬੀ, ਭ੍ਰਸਟਾਚਾਰ, ਬੇਰੋਜ਼ਗਾਰੀ ਆਦ ਦੇ ਨਾਲ ਜੂਝ ਰਿਹਾ ਹੈ ਪਰ ਸਭ ਤੋਂ ਵੱਦਮਾਰ ਦਲਿਤ ਕਿਸਾਨ ਨੌਜਵਾਨ ਔਰਤਾਂ ਦੇ ਪਈਆ ਜਿਸ ਤੋਂ ਛੁਟਕਾਰਾ ਪਾਣ ਲਈ ਇਸ ਗੱਠਜੋੜ ਨੂੰ ਸਫਲ ਬਣਾਉਣਾ ਜ਼ਰੂਰੀ ਆ ਕੈਪਟਨ ਸਿੱਧੂ ਤੋਂ ਬਾਅਦ ਹੁਣ ਪ੍ਰਤਾਪ ਬਾਜਵਾ ਦੇ ਵੀ ਲੱਗਣ ਲੱਗੇ ਹੋਲਡਿੰਗ ਕੈਪਟਨ ਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਦੇ ਸਮਰਥਕਾਂ ਦਰਮਿਆਨ ਹੋਲਡਿੰਗ ਲਾਉਣ ਦੇ ਚੱਲ ਰਹੇ ਮੁਕਾਬਲਿਆਂ ਤੋਂ ਬਾਅਦ ਮਲੂਟ ਦੇ ਲੰਬੀ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਦੇ ਹੋਲਡਿੰਗ ਲਾਏ ਗਏ ਹਨ ਜਿਕਰ ਜੋਗ ਹੈ ਕਿ ਮਲੂਟ ਦੇ ਵਿੱਚ ਇੱਕੋ ਨਾਰਾ ਕੈਪਟਨ ਦੁਬਾਰਾ ਦੇ ਲੱਗੇ ਹੋਲਡਿੰਗ ਦੇ ਨਾਲ ਮਲੋਟ ਵਿੱਚ ਪ੍ਰਤਾਪ ਸਿੰਘ ਬਾਜਵਾ ਦੇ ਚਾਰ ਥਾਵਾਂ ਤੇ ਹੋਲਡਿੰਗ ਲਾਏ ਗਏ ਹਨ ਜਿਨ੍ਹਾਂ ਉੱਪਰ ਮਿਸ਼ਨ 222 ਸਾਡਾ ਸਭ ਦਾ ਨਾਰਾ ਸਾਨੂੰ ਸਭ ਨੂੰ ਪੰਜਾਬ ਪਿਆਰਾ ਲਿਖਿਆ ਹੋਇਆ ਹੈ ਇਸ ਵਿੱਚ ਮੁੱਖ ਆਗਮਾਂ ਵਿੱਚੋਂ ਰਾਹੁਲ ਗਾਂਧੀ ਤੇ ਪ੍ਰਤਾਪ ਬਾਜਵਾ ਦੀਆਂ ਫੋਟੋਆਂ ਲਾਈਆਂ ਗਈਆਂ ਹਨ ਜਦਕਿ ਛੂਟੀਆਂ ਦੇ ਫੋਟੋਆਂ ਵਿੱਚ ਬਹੁਤ ਸਾਰੇ ਲੋਕਾਂ ਦੀਆਂ ਫੋਟੋਆਂ ਲਾਈਆਂ ਗਈਆਂ ਨੇ ਪਰ ਕੈਪਟਨ ਦੀ ਫੋਟੋ ਕਿਤੇ ਵੀ ਦਿਖਾਈ ਨਹੀਂ ਦੇ ਰਹੀ ਸਸੋਦੀਆ ਦਾ ਵੱਡਾ ਬਿਆਨ ਕਿਹਾ ਪੀਐਮ ਮੋਦੀ ਅਤੇ ਮੁੱਖ ਮੰਤਰੀ ਕੈਪਟਨ ਨੇ ਪੰਜਾਬ ਦੇ ਸਕੂਲਾਂ ਦੀ ਦੁਰਦਸ਼ਾ ਤੇ ਪਰਦਾ ਪਾਉਣ ਲਈ ਕੀਤੀ ਦੋਸਤੀ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਸੋਦੀਆ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਦਰਮਿਆਨ ਗੁਪਤ ਦੋਸਤੀ ਹੋਣ ਦੀ ਗੱਲ ਕਹੀ ਉਹਨਾਂ ਨੇ ਕਿਹਾ ਕਿ ਕੇਂਦਰ ਵੱਲੋਂ ਪਰਫਾਰਮੈਂਸ ਗ੍ਰੇਡਿੰਗ ਇੰਡੈਕਸ ਵੀ 2020 ਨੂੰ ਪੰਜਾਬ ਨੂੰ ਪਹਿਲਾ ਸਥਾਨ ਦਿੱਤਾ ਗਿਆ ਕੇਂਦਰ ਦੁਆਰਾ ਜਾਰੀ ਕੀਤੀ ਗਈ ਰਿਪੋਰਟ ਪੰਜਾਬ ਦੇ ਸਕੂਲਾਂ ਤੇ ਸੂਬੇ ਭਰ ਦੀ ਸਿੱਖਿਆ ਪ੍ਰਣਾਲੀ ਵਿੱਚ ਕਮੀਆਂ ਨੂੰ ਛਿਪਾਉਣ ਲਈ ਹੈ ਮਨੀਸ਼ ਸਸੋਧੀਆਂ ਨੇ ਕਿਹਾ ਹੈ ਕਿ ਕੁਝ ਦਿਨ ਪਹਿਲਾਂ ਹੀ ਮੋਦੀ ਸਰਕਾਰ ਨੇ ਦੇਸ਼ ਭਰ ਦੇ ਸਰਕਾਰੀ ਸਕੂਲਾਂ ਦੇ ਸਿਸਟਮ ਬਾਰੇ ਇੱਕ ਰਿਪੋਰਟ ਜਾਰੀ ਕੀਤੀ ਸੀ ਇਸ ਰਿਪੋਰਟ ਵਿੱਚ ਮੋਦੀ ਨੇ ਪੰਜਾਬ ਦੇ ਸਕੂਲਾਂ ਨੂੰ ਬਿਹਤਰ ਅਤੇ ਦਿੱਲੀ ਦੇ ਸਕੂਲਾਂ ਨੂੰ ਮਾੜਾ ਦੱਸਿਆ ਸੀ ਪੰਜਾਬ ਵਿੱਚ ਵੱਖ-ਵੱਖ ਵਿਭਾਗਾਂ ਚੋਂ ਨਿਕਲੀਆਂ ਅਸਾਮੀਆਂ ਭਰਤੀ ਦੇ ਸਬੰਧੀ ਪ੍ਰਕਿਰਿਆ ਸ਼ੁਰੂ ਆਦੀਨ ਸੇਵਾਵਾਂ ਚੋਣ ਬੋਰਡ ਪੰਜਾਬ ਦੇ ਵੱਲੋਂ ਪਸ਼ੂ ਪਾਲਣ ਵਿਭਾਗ ਵਿੱਚ ਵੈਟਰਨਰੀ ਇਨਸਪੈਕਟਰਾਂ ਦੀ 866 ਕਿਹੜੇ ਵਿਭਾਗ ਦੇ ਵਿੱਚ ਜੂਨੀਅਰ ਕੋਚ ਦੀਆਂ 97 ਚੋਣ ਵਿਭਾਗ ਦੇ ਵਿੱਚ ਚੋਣ ਕਾਨੂੰਗੋ ਦੀਆਂ 5 ਅਸਾਮੀਆਂ ਦੀ ਭਰਤੀ ਸੰਬੰਧੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਇਹ ਜਾਣਕਾਰੀ ਦੀਨ ਸੇਵਾਵਾਂ ਚੋਣ ਬੋਰਡ ਦੇ ਚੇਅਰਮੈਨ ਰਮਨ ਬੈਲ ਨੇ ਇੱਥੇ ਦਿੱਤੀ ਹੈ ਰਮਨ ਬੈਲ ਨੇ ਕਿਹਾ ਕਿ 11 ਜੂਨ 2021 ਨੂੰ ਹੋਈ ਮੀਟਿੰਗ ਵਿੱਚ 968 ਅਸਾਮੀਆਂ ਦੀ ਭਰਤੀ ਲਈ ਪ੍ਰਕਿਰਿਆ ਸ਼ੁਰੂ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ ਇਹਨਾਂ ਅਸਾਮੀਆਂ ਲਈ ਪੜਾਵਾਰਿਤ ਇਸ਼ਹਾਰ ਇਸ਼ਤਿਹਾਰ ਜਾਰੀ ਕੀਤੇ ਜਾਣਗੇ ਬੋਰਡ ਦੇ ਵੱਲੋਂ ਅਗਲੇ ਮਹੀਨੇ ਤੋਂ ਅਧਿਯੋਗਿਕ ਉન્નਤੀ ਅਫਸਰ ਬਲਾਕ ਪੱਧਰ ਅਫਸਰ ਲੀਗਲ ਕਲਰਕ ਅਤੇ ਤਕਨੀਕੀ ਸਹਾਇਕ ਦੀਆਂ ਅਸਾਮੀਆਂ ਲਿਖਤੀ ਪ੍ਰੀਖਿਆਵਾਂ ਲੈਣ ਦੀ ਤਿਆਰੀ ਕਰ ਰਹੀਆਂ ਹਨ। ਲਾਕਡਾਊਨ 'ਚ ਪੰਜਾਬ ਰੋਡਵੇ ਨੇ ਬੱਸਾਂ 'ਚ ਸਫ਼ਰ ਕਰਨ ਵਾਲਿਆਂ ਨੂੰ ਦਿੱਤੀ ਵੱਡੀ ਰਾਹਤ ਸ਼ਨੀਵਾਰ ਅਤੇ ਐਤਵਾਰ ਦੇ ਲਾਕਡਾਊਨ ਕਾਰਨ ਬੱਸ ਸਰਵਿਸ ਨੂੰ 25% ਦੀ ਸਮਰੱਥਾ ਕਰ ਦਿੱਤੀ ਗਈ ਸੀ ਪਰ ਹੁਣ ਪੰਜਾਬ ਸਰਕਾਰ ਵੱਲੋਂ ਸ਼ਨੀਵਾਰ ਨੂੰ ਲਾਕਡਾਊਨ ਖਤਮ ਕਰ ਦਿੱਤਾ ਗਿਆ ਜਿਸ ਕਰਕੇ ਰੋਡਵੇਜ ਨੇ ਬੱਸਾਂ ਚਲਾਉਣ ਦਾ ਨਵਾਂ ਸ਼ਡਿਊਲ ਜਾਰੀ ਕੀਤਾ ਜਿਹੜੇ ਯਾਤਰੀਆਂ ਨੂੰ ਰਾਹਤ ਦੇਵੇਗਾ 12 ਜੂਨ ਦੇ ਲਈ ਜਾਰੀ ਕੀਤੇ ਗਏ ਨਵੇਂ ਸ਼ਡਿਊਲ ਦੇ ਮੁਤਾਬਕ ਚੰਡੀਗੜ੍ਹ ਨੂੰ ਛੱਡ ਕੇ ਬਧੇਰੇ ਰੂਟਾਂ ਤੇ ਰੂਟੀਨ ਵਾਂਗ ਬੱਸਾਂ ਚੱਲਣਗੀਆਂ ਸੋ ਜਲੰਧਰ ਤੋਂ 6:05 ਮਿੰਟ ਤੇ ਪਹਿਲੀ ਬੱਸ ਦਿੱਲੀ ਲਈ ਰਵਾਨਾ ਹੋਵੇਗੀ। ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਮੱਦੇਨਜ਼ਰ ਚੰਡੀਗੜ੍ਹ ਵਿੱਚ 14 ਜੂਨ ਨੂੰ ਜਨਤਕ ਛੁੱਟੀ। ਚੰਡੀਗੜ੍ਹ ਵਿੱਚ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਮੱਦੇਨਜ਼ਰ 14 ਜੂਨ ਨੂੰ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਚੰਡੀਗੜ੍ਹ ਪ੍ਰਸ਼ਾਸਨ ਨੇ ਇਸ ਦੇ ਤਹਿਤ 14 ਜੂਨ ਨੂੰ ਸਾਰੇ ਪ੍ਰਸ਼ਾਸਨਿਕ ਦਫ਼ਤਰਾਂ ਬੂੜਾ ਕਾਰਪੋਰੇਸ਼ਨ ਚੰਡੀਗੜ੍ਹ ਪ੍ਰਸ਼ਾਸਨ ਦੀਆਂ ਸਨਤਿਯ ਅਦਾਰਿਆਂ ਸਮੇਤ ਸੰਸਥਾਵਾਂ ਵਿੱਚ ਛੁੱਟੀ ਰਹੇਗੀ ਇਸ ਦਾ ਐਲਾਨ ਕੀਤਾ ਹੈ ਕਿਸਾਨਾਂ ਦਾ ਐਲਾਨ ਅੰਦੋਲਨ ਦੇ 7 ਮਹੀਨੇ ਪੂਰੇ ਹੋਣ ਮੌਕੇ 26 ਜੂਨ ਨੂੰ ਰਾਜ ਭਵਨ ਤੋਂ ਕਰਨਗੇ ਪ੍ਰਦਰਸ਼ਨ ਸੰਯੁਕਤ ਕਿਸਾਨ ਮੋਰਚੇ ਨੇ ਹੁਣ ਨਵਾਂ ਐਲਾਨ ਕੀਤਾ ਹਰਿਆਣਾ ਵਿੱਚ ਜੱਜਪਾ ਤੇ ਭਾਜਪਾ ਨੇਤਾਵਾਂ ਦੀ ਪਿੰਡ ਬੰਦੀ ਕੀਤੀ ਜਾਵੇਗੀ ਆਗਵਾ ਨੇ ਆਪਣੇ ਪਿੰਡਾਂ ਤੋਂ ਇਲਾਵਾ ਕਿਸੇ ਹੋਰ ਪਿੰਡ ਵਿੱਚ ਵੜਨ ਨਾ ਦੇਣ ਦੀ ਅਪੀਲ ਹੈ ਉੱਧਰ ਕਿਸਾਨਾਂ ਨੇ 26 ਜੂਨ ਨੂੰ ਅੰਦੋਲਨ ਦੇ 7 ਮਹੀਨੇ ਪੂਰੇ ਹੋਣ ਤੇ ਰਾਜ ਭਵਨ ਤੇ ਪ੍ਰਦਰਸ਼ਨ ਕਰਨ ਲਈ ਰਾਸ਼ਟਰਪਤੀ ਦੇ ਨਾਂ ਤੇ ਮੰਗ ਪੱਤਰ ਸੌਂਪਣਗੇ ਇਸ ਲਈ ਕਿਸਾਨਾਂ ਦੀ ਤਰ੍ਹਾਂ ਇਜਾਜ਼ਤ ਵੀ ਨਹੀਂ ਲੈਣਗੇ ਸੰਯੁਕਤ ਕਿਸਾਨ ਮੋਰਚੇ ਨੇ ਸ਼ੁੱਕਰਵਾਰ ਨੂੰ ਕੁੰਡਲੀ ਬਾਰਡਰ ਧਰਨੇ ਵਾਲੀ ਜਗ੍ਹਾ ਤੇ ਬੈਠਕ ਹੋਈ ਜਿਸ ਤੋਂ ਬਾਅਦ ਕਾਮਰੇਡ ਇੰਦਰਜੀਤ ਸਿੰਘ ਮਨਜੀਤ ਰਾਏ ਸੁਮਨ ਹੁੱਡਾ ਵਿਕਾਸ ਜੰਗ ਵੀਰ ਚੋਹਣ ਧਮਿੰਦਰ ਮਲਕ ਰਵੀ ਯਾ ਜਾਦ ਨੇ ਕਿਹਾ ਕਿ 24 ਜੂਨ ਨੂੰ ਸੰਤ ਕਬੀਰ ਜੀ ਦੀ ਜਨਮ ਦਿਨ ਮਨਾਇ ਜਾਵੇਗੀ ਅਤੇ ਉਹਨਾਂ ਉਸ ਲਈ ਪਛੜਿਆ ਵਰਕਰ Dalit ਸਮਾਜ ਦੇ ਲੋਕਾਂ ਨੂੰ ਧਰਨੇ ਵਾਲੀ ਜਗ੍ਹਾ ਤੇ ਬੁਲਾਇਆ ਜਾਵੇਗਾ 26 ਜੂਨ ਨੂੰ ਖੇਤੀ ਬਚਾਓ ਲੋਕਤੰਤਰ ਬਚਾਓ ਦਿਵਸ ਮਨਾਇਆ ਜਾਵੇਗਾ 70 ਦਿਨਾਂ ਬਾਅਦ ਵੀ ਦੇਸ਼ ਭਾਰ ਵਿੱਚ ਸਭ ਤੋਂ ਵੱਧ ਕਰੋਨਾ ਦੇ ਮਾਮਲੇ ਪਰ 4000 ਤੋਂ ਲੋਕਾਂ ਦੀ ਹੋਈ ਮਾਤ ਕਰੋਨਾ ਗ੍ਰਾਫ ਹੁਣ ਲਗਾਤਾਰ ਡਿੱਗ ਰਿਹਾ ਸ਼ਨੀਵਾਰ ਨੂੰ ਦੇਸ਼ ਤੋਂ 70 ਦਿਨਾਂ ਦੇ ਬਾਅਦ ਕਰੋਨਾ ਵਾਇਰਸ ਦੇ ਘਟ ਕਟੋ-ਕਟ ਨਵੇਂ ਮਾਮਲੇ ਸਾਹਮਣੇ ਆਏ ਹਨ ਸਿਹਤ ਮੰਤਰਾਲੇ ਦੀ ਤਾਜ਼ਾ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਜੋ 84000 362 ਨਵੇਂ ਮਾਮਲੇ ਸਾਹਮਣੇ ਆਏ ਹਨ 4002 ਸੰਕਰਮਿਤ ਲੋਕਾਂ ਨੇ ਆਪਣੀ ਜਾਨ ਗਵਾ ਦਿੱਤੀ ਇਸ ਦੇ ਨਾਲ 121311 ਵਿਅਕਤੀ ਕਰੋਨਾ ਤੋਂ ਠੀਕ ਹੋ ਚੁੱਕੇ ਹਨ ਪੁੱਲ ਕੇ ਵੀ ਨਾ ਕਰਿਓ LIC ਦਾ ਇਹ ਕੰਮ ਵਰਨਾ ਬੀਮਾ ਕੰਪਨੀ ਕਰੇਗੀ ਸਖਤ ਭਾਰਤੀ ਜੀਵਨ ਬੀਮਾ ਨਿਗਮ ਅਥਾਰਟੀ ਦੇ ਵੱਲੋਂ ਜਾਰੀ ਕੀਤੀ ਗਈ ਅੰਸ਼ੋਰੈਂਸ ਕੰਪਨੀ ਨੇ ਕਿਹਾ ਹੈ ਕਿ ਉਹਨਾਂ ਦੀ ਇਜਾਜ਼ਤ ਦੇ ਲੋਗੋ ਦਾ ਇਸਤੇਮਾਲ ਨਹੀਂ ਕੀਤਾ ਜਾ ਸਕਦਾ ਜੇਕਰ ਕੋਈ ਵੀ ਬੀਮਾ ਕੰਪਨੀ ਦਾ ਲੋਗੋ ਗੈਰ ਤਰੀਕੇ ਦੇ ਨਾਲ ਵਰਤੋਂ ਕਰਦਾ ਫੜਿਆ ਗਿਆ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਕਈ ਲੋਕ ਆਪਣੇ ਵਪਾਰ ਨੂੰ ਵਧਾਉਣ ਦੇ ਲਈ LIC ਦਾ ਲੋਗੋ ਇਸਤੇਮਾਲ ਕਰਦੇ ਹਨ ਹੁਣ ਉਹ ਅદેਹਾ ਨਹੀਂ ਕਰ ਸਕਣਗੇ ਕਿਉਂ ਅદેਹਾ ਕਰਨਾ ਇੱਕ ਅਪਰਾਧ ਅਤੇ ਸਜ਼ਾਯੋਗ ਅਪਰਾਧ ਹੈ LIC ਨੇ ਇਸ ਬਾਰੇ ਟਵੀਟ ਕਰਕੇ ਜਾਣਕਾਰੀ ਦਿੱਤੀ ਕੰਪਨੀ ਨੇ ਲਿਖਿਆ ਕਿ ਬਿਨਾਂ ਇਜਾਜ਼ਤ ਕਿਸੇ ਵੈਬਸਾਈਟ ਪਬਲਿਸ਼ਿੰਗ ਮਟੀਰੀਅਲ ਅਤੇ ਡਿਜੀਟਲ ਪੋਸਟ ਵਿੱਚ ਸਾਡੇ ਲੋਗੋ ਦਾ ਇਸਤੇਮਾਲ ਨਹੀਂ ਕੀਤਾ ਜਾ ਸਕਦਾ ਅਗਲੀ ਵੱਡੀ ਖਬਰ ਆ ਦੋਸਤੋ ਕਰੋਨਾ ਟੀਕਾ ਨਹੀਂ ਲਵਾਇਆ ਤਾਂ ਬਲੌਕ ਹੋਵੇਗਾ SIM ਕਾਰਡ اسلامਾਬਾਦ ਤੋਂ ਖਬਰ ਆ ਪਾਕਿਸਤਾਨ ਵਿੱਚ ਪਾਕਿਸਤਾਨ ਵਿੱਚ ਪੰਜਾਬ ਸਰਕਾਰ ਨੇ ਕਰੋਨਾ ਟੀਕਾ ਨਾ ਲਗਵਾਉਣ ਵਾਲੇ ਲੋਕਾਂ ਦੇ SIM ਕਾਰਡ ਬਲੌਕ ਕਰਨ ਦੀ ਸਿੱਧੀ ਸ਼ਰਯਾਮ ਧਮਕੀ ਦਿੱਤੀ ਆ ਪੰਜਾਬ ਸੂਬੇ ਦੇ ਸਿਹਤ ਮੰਤਰੀ ਡਾਕਟਰ ਯਾਸਮੀਨ ਰਸ਼ਿਦ ਦੀ ਪ੍ਰਧਾਨਗੀ ਵਿੱਚ ਹੋਈ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ ਹੈ ਜੋ ਲੋਕ ਵੈਕਸੀਨ ਨਹੀਂ ਲਗਵਾਣਗੇ ਉਹਨਾਂ ਦੇ SIM ਕਾਰ ਬਲੌਕ ਕਰ ਦਿੱਤੇ ਜਾਣਗੇ ਰਾਹਤ ਜਾਂ ਆਫਤ ਹਨੇਰੀ ਅਤੇ ਅਸਮਾਨੀ ਬਿਜਲੀ ਕਾਰਨ ਪੰਜਾਬ ਤੋਂ ਤਬਾਈ ਇੱਕੋ ਪਰਿਵਾਰ ਦੇ ਚਾਰ ਜੀਆ ਸਮੇਤ 9 ਮੌਤਾਂ ਪੰਜਾਬ ਦੇ ਵਿੱਚ ਵੱਖ-ਵੱਖ ਹਿੱਸਿਆਂ ਵਿੱਚ ਰਾਤ ਤੇਜ ਹਨੇਰੀ ਝੱਖੜਾ ਆਉਣਾ ਅਸਮਾਨੀ ਬਿਜਲੀ ਡਿੱਗਣਾ ਦੀਆਂ ਵੱਖ-ਵੱਖ ਘਟਨਾਵਾਂ ਸਾਹਮਣੇ ਆਈਆਂ ਨੇ ਇੱਕੋ ਪਰਿਵਾਰ ਦੇ ਚਾਰ ਜੀਆ ਦੀਆਂ ਜੀਆਂ ਸਣੇ 9 ਲੋਕਾਂ ਦੀ ਮੌਤ ਹੋ ਗਈ। ਇੱਕ ਰਾਸ਼ਟਰ ਇੱਕ ਰਾਸ਼ਨ ਕਾਰਡ ਯੋਜਨਾ ਲਾਗੂ ਕਰਨ ਸੂਬੇ ਤਾਂ ਜੋ ਮਜ਼ਦੂਰਾਂ ਨੂੰ ਮਿਲੇ ਲਾਭ ਸੁਪਰੀਮ ਕੋਰਟ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਾਰੇ ਸੂਬਿਆਂ ਨੂੰ ਇੱਕ ਰਾਸ਼ਟ੍ਰਿਕ ਰਾਸ਼ਨ ਕਾਰਡ ਯੋਜਨਾ ਨੂੰ ਲਾਗੂ ਕਰ ਦੇਣਾ ਚਾਹੀਦਾ ਹੈ ਤਾਂ ਜੋ ਪ੍ਰਵਾਸੀ ਮਜ਼ਦੂਰਾਂ ਨੂੰ ਲਾਭ ਮਿਲ ਸਕੇ ਜਸਟਿਸ ਅਸ਼ੋਕ ਊਸ਼ਨਾ ਤੇ ਜਸਟਿਸ ਐਮ ਆਰ ਸ਼ਾਹ ਦੇ ਬੈਂਚ ਨੇ ਪ੍ਰਵਾਸੀ ਮਜ਼ਦੂਰਾਂ ਦੀ ਸਮੱਸਿਆ ਨਾਲ ਸੰਬੰਧਿਤ ਮਾਮਲੇ ਤੇ ਸੁਣਵਾਈ ਦੌਰਾਨ ਕਿਹਾ ਕਿ ਸਾਰੇ ਸੂਬਿਆਂ ਨੂੰ ਇਸ ਯੋਜਨਾ ਨੂੰ ਲਾਗੂ ਕਰ ਦੇਣਾ ਚਾਹੀਦਾ ਹੈ ਤਾਂ ਜੋ ਪ੍ਰਵਾਸੀ ਮਜ਼ਦੂਰਾਂ ਨੂੰ ਲਾਭ ਮਿਲ ਸਕੇ ਇਸ ਯੋਜਨਾ ਵਿੱਚ ਵਰਤਮਾਨ ਚ 32 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੰਮ ਕਰ ਰਹੀ ਹੈ ਬੈਂਚ ਨੇ ਇਸ ਮਾਮਲੇ ਵਿੱਚ ਅੱਗੇ ਦੇ ਨਿਰਦੇਸ਼ ਜਾਰੀ ਕਰਨ ਲਈ ਆਪਣਾ ਹੁਕਮ ਸੁਰੱਖਿਅਤ ਰੱਖਦੇ ਹੋਏ ਸੂਬਾ ਸਰਕਾਰਾਂ ਦੇ ਵਕੀਲ ਇਸ ਯੋਜਨਾ ਨੂੰ ਲਾਗੂ ਕਰਨ ਦੇ ਲਈ ਹੋਰ ਨੀਤੀਗਤ ਉਪਰਾਲਿਆਂ ਤਹਿਤ ਪ੍ਰਵਾਸੀ ਮਜ਼ਦੂਰਾਂ ਲਈ ਸੁੱਕੇ ਰਾਸ਼ਨ ਅਤੇ ਆਵਾਜਾਈ ਟਰਾਂਸਪੋਰਟ ਸਹੂਲਤ ਨੂੰ ਲੈ ਕੇ ਇੱਕ ਸੰਖੇਪ ਨੋਟ ਪੇਸ਼ ਕਰਨ ਦੇ ਲਈ ਕਿਹਾ ਹੈ ਕਰਨਾਟਕ ਹਾਈ ਕੋਰਟ ਨੇ ਸੀਸੀਆਈ ਜਾਂਚ ਦੇ ਵਿਰੁੱਧ Amazon Flipkart ਦੀ ਰੈਟ ਪਟੀਸ਼ਨ ਕੀਤੀ ਖਾਰਜ ਕਰਨਾਟਕ ਹਾਈ ਕੋਰਟ ਨੇ 11 ਜੂਨ ਨੂੰ ਕਿਹਾ ਕਿ ਭਾਰਤ ਦੀ ਈ-ਕਾਮਰਸ ਵਪਾਰ Amazon ਤੇ Flipkart ਦੇ ਖਿਲਾਫ ਕਰ ਦਿੱਤ ਵਿਰੋਧੀ ਅਭਿਆਸਾ ਦੇ ਨਾਲ ਅੱਗੇ ਵਧਣ ਅੱਗੇ ਵਧ ਸਕਦਾ ਹੈ ਇਸ ਫੈਸਲੇ ਦਾ ਸਭ ਭਾਰਤ ਦੀ ਕਮਰਸ਼ੀਅਲ ਸਪੇਸ ਦੀ ਵਿਸਤਾਰ ਤੇ ਪਵੇਗਾ ਇਹ ਲਗਭਗ 18 ਮਹੀਨੇ ਪਹਿਲਾਂ ਸ਼ੁਰੂ ਹੋਈ ਸੀ ਜਦ ਕਿ ਅੰਤਰਰਾਸ਼ਟਰੀ ਰਾਜਸਤਾਨੀ ਵਿੱਚ ਛੋਟੇ ਤੇ ਦਰਮਿਆਨੇ ਵਪਾਰ ਮਾਲਕਾਂ ਦੀ ਨੁਮਾਇੰਦਗੀ ਕਰਨ ਵਾਲੇ ਇੱਕ ਸਮੂਹ ਨੇ ਦੇਸ਼ ਦੀ ਸਭ ਤੋਂ ਦੋ ਵੱਡੀਆਂ ਈ-ਕਮਰਸ ਖਿਡਾਰੀਆਂ ਦੇ ਖਿਲਾਫ ਸੀਸੀਆਈ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਜਿਸ ਵਿੱਚ ਉਹਨਾਂ ਨੇ ਵਿਰੋਧ ਵਿੱਚ ਮੁਕਾਬਲੇਬਾਜ਼ੀ ਕਰਨ ਦਾ ਦੋਸ਼ ਲਾਇਆ ਸੀ ਅਦਾਲਤ ਨੇ ਫਲਿੱਪਕਾਰਟ ਦੇ ਸੀਨੀਅਰ ਵਕੀਲ ਦੀ ਅੰਤਰਮ ਆਦੇਸ਼ ਤੇ ਦੋ ਹਫ਼ਤਿਆਂ ਦੇ ਵਾਅਦੇ ਦੀ ਅਪੀਲ ਨੂੰ ਵੀ ਖਾਰਜ ਕਰ ਦਿੱਤਾ ਇਹ ਹੁਕਮ ਜਸਟਿਸ ਪੀਐਸ ਦਿਨੇਸ਼ ਕੁਮਾਰ ਨੇ ਸੁਣਾਇਆ ਹਨ ਐਮਾਜ਼ਾਨ ਤੇ ਫਲਿੱਪਕਾਰਟ ਕੋਲ ਹੁਣ ਜਾਂ ਤਾਂ ਹਾਈ ਕੋਰਟ ਜਾਂ ਸੁਪਰੀਮ ਕੋਰਟ ਵਿੱਚ ਦੋ ਜੱਜਾਂ ਦੇ ਬੈਂਚ ਕੋਲ ਜਾਣ ਦਾ ਵਿਕਲਪ ਹੋਵੇਗਾ ਪਹਾੜਪੁਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਬਿਆਦਬੀ ਦੀ ਜ਼ਗੀਰਕਾਰ ਨੇ ਲਿਆ ਸਖਤ ਨੋਟਿਸ ਕੈਥਲ ਦੇ ਪਿੰਡ ਹਰਿਆਣਾ ਦੇ ਕੈਥਲ ਦੇ ਵਿੱਚ ਪਿੰਡ ਪਹਾੜਪੁਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਆਦਬੀ ਦੀ ਸਖਤ ਨਿੰਦਿਆ ਕਰਦਿਆ ਦੋਸ਼ੀ ਵਿਅਕਤੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਉਹਨਾਂ ਨੇ ਕਿਹਾ ਕਿ ਦੇਸ਼ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਆਦਬੀਆਂ ਘਟਨਾਵਾਂ ਨਿਰੰਤਰ ਵਾਪਰ ਰਹੀਆਂ ਨੇ ਦੁੱਖ ਦੀ ਗੱਲ ਹੈ ਕਿ ਦੋਸ਼ੀ ਫੜੇ ਜਾਣ ਦੇ ਬਾਵਜੂਦ ਵੀ ਕੋਈ ਠੋਸ ਕਾਰਵਾਈ ਨਹੀਂ ਹੋ ਰਹੀ ਅਕਾਲੀ ਬਸਪਾ ਗੱਠ ਜੋੜ ਤੇ ਸੰਸਦ ਮੈਂਬਰ ਜਸਬੀਰ ਡਿੰਪਾ ਦੀ ਚੁਟਕੀ ਦੱਸਿਆ ਡੁੱਬਦੇ ਨੂੰ ਤਣਕੇ ਦਾ ਸਹਾਰਾ ਪੰਜਾਬ ਦੇ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਤੇ ਸੁਖਬੀਰ ਬਾਦਲ ਤੇ ਬਸਪਾ ਦੇ ਨਾਲ ਰਸਮੀ ਤੌਰ ਤੇ ਗੱਠ ਜੋੜ ਦਾ ਐਲਾਨ ਕਰ ਦਿੱਤਾ ਗਿਆ ਇਸ ਐਲਾਨ ਨੂੰ ਸਿਆਸੀ ਪ੍ਰਤੀਕਰਮ ਆਉਣੇ ਸਾਹਮਣੇ ਹੋ ਗਏ ਨੇ ਖੰਡੂਰ ਸਾਹਿਬ ਤੋਂ ਕਾਂਗਰਸੀ ਮੈਂਬਰ ਸੰਸਦ ਮੈਂਬਰ ਜਸਬੀਰ ਡਿੰਪਾ ਗਿੱਲ ਨੇ ਇਸ ਨੂੰ ਆਪਣਾ ਪ੍ਰਤੀਕਰਮ ਦਿੱਤਾ ਉਹਨਾਂ ਨੇ ਕਿਹਾ ਜੀ ਇਹ ਡੁੱਬਦੇ ਨੂੰ ਤਣਕੇ ਦਾ ਸਹਾਰਾ ਵਾਲਾ ਗੱਠ ਜੋੜ ਹੈ ਸਬਜ਼ੀ ਵੇਚਣ ਵਾਲੇ ਬੱਚੇ ਦੀ ਮਦਦ ਲਈ ਅੱਗੇ ਆਇਆ ਕਰਨ ਔਦਲਾ ਪੋਸਟ ਪਾ ਕੇ ਲਿਖਿਆ ਪੰਜਾਬੀ ਗਾਇਕ ਕਰਨ ਔਦਲਾ ਨੇ ਸਬਜ਼ੀ ਵੇਚਣ ਵਾਲੇ ਬੱਚੇ ਦੀ ਮਦਦ ਲਈ ਅੱਗੇ ਆਏ ਹਨ ਉਹਨਾਂ ਦੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਬੱਚੇ ਨੇ ਆਪਣੇ ਪ੍ਰਸ਼ੰਸਕਾਂ ਕੋਲੋਂ ਮੰਗ ਕੀਤੀ ਸੀ ਔਦਲਾ ਨੇ ਲਿਖਿਆ ਕੋਈ ਇਸ ਦਾ ਨੰਬਰ ਲੱਭਣ ਵਿੱਚ ਮੇਰੀ ਮਦਦ ਕਰ ਸਕਦਾ ਉਸ ਨੇ ਲਿਖਿਆ ਸਾਰਿਆਂ ਦਾ ਧੰਨਵਾਦ ਮੈਨੂੰ ਇਸ ਦਾ ਨੰਬਰ ਮਿਲ ਗਿਆ ਹੈ ਮੇਰੇ ਕੋਲੋਂ ਜਿੰਨਾ ਹੋ ਸਕਿਆ ਮੈਂ ਇਸ ਦੀ ਜਿਹੜੀ ਹੈਲਪ ਕਰਾਂਗਾ ਧੰਨ